ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਅੱਜ ਗੱਲ ਕਰਦੇ ਹਾਂ ਅੱਜ ਹੋਣ ਵਾਲੇ ਕਬੱਡੀ ਕੱਪਾਂ ਦੇ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਾ ਪਹਿਲਾ ਕਬੱਡੀ ਕੱਪ ਪਿੰਡ ਦੇਦਨਾ ਜ਼ਿਲ੍ਹਾ ਪਟਿਆਲਾ ਜਿੱਥੇ ਕਬੱਡੀ ਆਲ ਓਪਨ ਦੇ 8 ਕਲੱਬ ਖੇਡਣਗੇ ਪਹਿਲਾ ਇਨਾਮ 1.5 ਲੱਖ ਦੂਜਾ ਇਨਾਮ 1 ਲੱਖ ਬੈਸਟਾਂ ਨੂੰ ਨਵੀਆਂ 18 ਦਿੱਤੀਆਂ ਜਾਣਗੀਆਂ ਅਗਲਾ ਮੈਚ ਪਿੰਡ ਕਵੀ ਜ਼ਿਲ੍ਹਾ ਪਾਣੀਪਤ ਜਿੱਥੇ ਕਬੱਡੀ ਓਪਨ ਦੋ ਬਾਰੋਂ ਪਹਿਲਾ ਇਨਾਮ 111000 ਦੂਜਾ ਇਨਾਮ 61000 ਬੈਸਟਾਂ ਨੂੰ 1111000 ਰੁਪਏ ਦਿੱਤੇ ਜਾਣਗੇ ਅਗਲਾ ਮੈਚ ਹੈ ਪਿੰਡ ਗੁਣਾਚੌਰ ਜਿੱਥੇ ਕਬੱਡੀ ਆਲ ਓਪਨ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75000 ਰੁਪਏ ਹੋਵੇਗਾ ਇਸ ਤੋਂ ਅਗਲਾ ਮੈਚ ਪਿੰਡ ਚੀਚਾ ਜ਼ਿਲ੍ਹਾ ਅਮਰitsar ਜਿੱਥੇ ਕਬੱਡੀ ਦਾ ਵੱਡਾ ਸ਼ੋਰਮ ਮੈਚ ਚੋਲਾ ਸਾਹਿਬ ਤੇ ਸੁਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ